हेलो, आम आदमी पार्टी, आम आदमी पार्टी, यूथ की बहुत लोड है। आम आदमी पार्टी जिंदाबाद, आम आदमी पार्टी जिंदाबाद, आम आदमी पार्टी जिंदाबाद, पार्टी जिंदाबाद, मैडम तेजी संधु जिंदाबाद, आम आदमी पार्टी जिंदाबाद, आम आदमी पार्टी जिंदाबाद, आम आदमी पार्टी जिंदाबाद। असीं तुहाडे नाल खड़े हाँ, तुसीं साडे नाल खड़ो। इस बार बदलाव लैके आईए। सो ये बदलाव आ जिहड़ा तुहाडे इलाके का विकास करेगा, तुहाडे खुद के काम, तुसीं अपने आप नूं बाकी भरावां नूं बचाओ, अवेयर करो। आपको भी आना है। धन्यवाद। जिन्हें कहोगे उन्हें वो अगे कर लो सारे। ਸਾਡੀ ਗਿੱਲ ਹਲਕੇ ਦੀ ਨਿਊ ਜੁਆਇਨ ਅਸੀਮ ਕੱਕੜ ਦੀ ਬਦੌਲਤ ਅੱਜ ਅਸੀਂ ਗਿੱਲ ਹਲਕੇ ਦੀ ਨਵੀਂ ਜੁਆਇਨਿੰਗ ਕਰਵਾ ਰਹੇ ਹਾਂ। ਇਹ ਸਾਡੀ ਹਲਕੇ ਦੀ ਟੀਮ ਹੈ ਜੀ, ਸਾਡੇ ਸਰਕਲ ਇੰਚਾਰਜ ਨੇ। ਬਲੌਕ ਖੁਦ ਆਪਣੇ ਕੰਮ ਆਪ ਕਰਵਾਉਂਗੇ। ਤੁਹਾਡੇ ਪਹਿਲੇ ਇੱਕ ਫੋਨ ਦੇ ਉੱਤੇ ਤੁਹਾਡਾ ਫੋਨ ਚੱਕਿਆ ਜਾਏਗਾ, ਫੋਨ ਰਿਸੀਵ ਹੋਏਗਾ, ਤੁਹਾਡੇ ਕੰਮ ਹੋਣਗੇ। ਸੋ ਇਸ ਇਲਾਕੇ ਦੇ ਹਾਲਾਤ ਜਿਹੜੇ ਮੈਂ ਦੇਖ ਹੀ ਚੁੱਕੀ ਹਾਂ। ਇਹ ਨਵੀਂ ਕਲੋਨੀ ਬਣੀ ਆ। ਸੋ ਇੰਨਾ ਵੀ ਨਹੀਂ ਕਿ ਬਿਲਕੁਲ ਨਵੀਂ ਨਵੀਂ ਬਣੀ ਆ। ਸੋ ਬੈਲ ਸਾਹਿਬ ਨੇ 5 ਸਾਲ ਰਾਜ ਕਰ ਲਿਆ। ਸੋ ਇੱਥੇ ਜਿਹੜਾ ਹੈ ਕੋਈ ਵੀ ਕੰਮ ਨਹੀਂ ਹੋਇਆ। ਤੁਸੀਂ ਦੇਖ ਸਕਦੇ ਹੋ ਗਲੀਆਂ ਨਾਲੀਆਂ ਦਾ ਬਹੁਤ ਬੁਰਾ ਹਾਲ ਆ, ਕਾਫੀ ਚੋਰੀਆਂ ਹੋ ਚੁੱਕੀਆਂ ਨੇ। ਔਰ ਇੱਥੋਂ ਦਾ ਯੂਥ ਆ ਜਿਹੜਾ ਨਸ਼ਿਆਂ ਤੋਂ ਕੋਹਾਂ ਦੂਰ ਆ ਔਰ ਸਪੋਰਟਸ ਨਾਲ ਜੁੜਿਆ ਹੋਇਆ ਅਤੇ ਦਿਲੋਂ ਚਾਹੁੰਦਾ ਕਿ ਸਪੋਰਟਸ ਨੂੰ ਜਿਹੜਾ ਇਹ ਉਤਸ਼ਾਹਿਤ ਕਰ ਸਕਣ। ਔਰ ਸਾਡਾ ਵੀਰ ਅਸੀਮ ਕੱਕੜ ਆ ਜਿਹੜਾ ਕ੍ਰਿਕਟ ਦੇ ਨਾਲ ਬਹੁਤ ਵਧੀਆ ਜੁੜਿਆ ਹੋਇਆ ਵਾ ਔਰ ਕਾਫੀ ਖੇਡਾਂ ਖੇਡ ਚੁੱਕਿਆ ਔਰ ਕਾਫੀ ਮਤਲਬ ਮੈਡਲਸ ਲੈ ਚੁੱਕਿਆ। ਔਰ ਇਹ ਵੀਰ ਸਾਡਾ ਚਾਹੁੰਦਾ ਹੈ ਕਿ ਸਾਨੂੰ ਇੱਕ ਜਿਹੜਾ ਕ੍ਰਿਕਟ ਅਕੈਡਮੀ ਜਾਂ ਕ੍ਰਿਕਟ ਗਰਾਊਂਡ ਜਿਹੜਾ ਇਹਨਾਂ ਨੂੰ ਪ੍ਰੋਵਾਈਡ ਕਰਾਇਆ ਜਾਵੇ। ਸੋ ਮੈਂ ਇੱਥੋਂ ਦੀਆਂ ਸਰਕਾਰਾਂ ਨੂੰ ਗੁਜ਼ਾਰਿਸ਼ ਕਰਦੀ ਹਾਂ, ਸੈਂਟਰ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ MLA ਨੂੰ ਘੱਟੋ ਘੱਟ ਖਾਣ ਤੋਂ ਇਲਾਵਾ ਥੋੜ੍ਹਾ ਜਿਹਾ ਇਹਨਾਂ 'ਤੇ ਸਕੰਜੇ ਵੀ ਕਸੋ ਕਿ ਇਹ ਜੋ ਫੰਡ ਸੈਂਟਰ ਗਵਰਨਮੈਂਟ ਵੱਲੋਂ ਆਉਂਦੇ ਆ, 70% ਜੋ ਸੈਂਟਰ ਗਵਰਨਮੈਂਟ ਪ੍ਰੋਵਾਈਡ ਕਰਾਉਂਦੀ ਉਹ ਵੀ ਖਾ ਜਾਂਦੇ ਨੇ, ਜੋ 30% ਇਹਨਾਂ ਨੇ ਦੇਣਾ ਹੁੰਦਾ ਉਹ ਤਾਂ ਇਹ ਵੰਡਦੇ ਹੀ ਨਹੀਂ ਆ। ਸੋ 4.5 ਸਾਲ ਵੈਦ ਸਾਹਿਬ ਨੇ ਬੜੇ ਮਸਤੀ ਦੇ ਨਾਲ ਮੌਜ ਦੇ ਨਾਲ ਕੱਢੇ ਨੇ। ਸੋ ਹੁਣ ਜਿਹੜਾ ਆਹ ਟਾਈਮ ਆ, ਇਸ ਟਾਈਮ ਦੇ ਆ ਕੇ ਉਹ ਪਿੰਡ ਪਿੰਡ ਗਲੀਆਂ 'ਚ ਜਾ ਕੇ ਕਿਤੇ ਨੀਂਹ ਪੱਥਰ ਰੱਖ ਦਿੰਦੇ ਨੇ ਅਤੇ ਕਿਤੇ 5 ਲੱਖ ਕਿਤੇ 10 ਲੱਖ ਵੰਡ ਦਿੰਦੇ ਨੇ। ਜਿਸ ਪਿੰਡ ਦਾ ਹੱਕ 1.5-2 ਕਰੋੜ ਦਾ ਬਣਦਾ, ਉਸ ਇਲਾਕੇ ਨੂੰ ਉਹ 10 ਲੱਖ ਦੇ ਕੇ ਆਪਣੀ ਜਿਹੜੀ ਆ ਉਹ ਖਾਨਾ ਪੂਰਤੀ ਕਰਦੇ ਫਿਰ ਰਹੇ ਨੇ ਕਿ ਸ਼ਾਇਦ ਉਹਨਾਂ ਨੂੰ ਅਗਲੀ ਵਾਰ ਵੋਟਾਂ ਪੈ ਜਾਣਗੀਆਂ। ਦੇਖੋ ਜੀ, ਸਾਡੀ ਸਰਕਾਰ ਨਹੀਂ ਆ, ਆਮ ਲੋਕਾਂ ਦੀ ਸਰਕਾਰ। ਅਸੀਂ ਕੋਈ ਨਹੀਂ ਆ ਸਰਕਾਰ ਬਣਾਉਣ ਵਾਲੇ। ਸੋ ਸਾਡਾ ਸਰਕਾਰ ਬਣਾਉਣ ਦਾ ਮੁੱਦਾ ਇਹ ਆ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਬਣਾਈਏ, ਸਾਡੇ ਹਰ ਉਸ ਆਮ ਵੀਰ ਨੂੰ, ਹਰ ਉਸ ਖਾਸ ਵੀਰ ਨੂੰ ਉਹ ਫੈਸਿਲਿਟੀਆਂ ਮਿਲਣ ਜਿਨ੍ਹਾਂ ਤੋਂ ਉਹ ਵਾਂਝੇ ਰਹਿ ਗਏ ਨੇ, ਜੋ ਇਹਨਾਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੂੰ ਨਹੀਂ ਦਿੱਤੀਆਂ। ਸੋ ਮੈਂ ਕਹਿੰਦੀ ਹਾਂ ਕਿ ਆਮ ਲੋਕਾਂ ਨੂੰ ਚਾਹੀਦਾ ਕੀ ਹੁੰਦਾ, ਵਿਕਾਸ ਦੇ ਨਾਂ ਦੇ ਉੱਤੇ ਉਹਨਾਂ ਨੂੰ ਗਲੀਆਂ ਨਾਲੀਆਂ ਵਿਕਾਸ ਨਹੀਂ ਆ, ਗਲੀਆਂ ਨਾਲੀਆਂ ਨੂੰ ਵਿਕਾਸ ਨਹੀਂ ਕਿਹਾ ਜਾਂਦਾ, ਇਟਸ ਅ ਬੇਸਿਕ ਨੀਡ। ਇਹ ਬੇਸਿਕ ਨੀਡਸ ਚਾਹੁੰਦੀਆਂ ਨੇ, ਜੋ ਗਲੀਆਂ ਨਾਲੀਆਂ ਨੇ, ਸਟਰੀਟ ਲਾਈਟਾਂ ਨੇ। ਅੱਜ ਕੱਲ੍ਹ ਤਾਂ ਕੈਮਰੇ ਹੋਣੇ ਚਾਹੀਦੇ ਆ, ਜਿਵੇਂ ਚੈਨ ਸਨੇਚਿੰਗ ਹੋ ਰਹੀਆਂ ਨੇ ਜਾਂ ਹੋਰ ਚੋਰੀਆਂ ਵਗੈਰਾ ਹੋ ਰਹੀਆਂ ਨੇ, ਕਿੰਨਾ ਕੁਛ ਹੋ ਰਿਹਾ ਅੱਜ ਕੱਲ੍ਹ। ਸੋ ਇਸ ਤਰ੍ਹਾਂ ਦੇ ਜਿਹੜੇ ਆ ਸਿਸਟਮ ਜੋ ਦਿੱਲੀ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਹਰ ਏਰੀਏ ਦੇ ਵਿੱਚ ਹੋਣ, ਔਰ ਸਾਡਾ ਯੂਥ ਆ ਜਿਹੜਾ ਨਸ਼ਿਆਂ ਤੋਂ ਇਸੇ ਤਰੀਕੇ ਨਾਲ ਬਾਹਰ ਨਿਕਲ ਸਕਦਾ ਕਿ ਉਹਨਾਂ ਨੂੰ ਜਿਮ ਪ੍ਰੋਵਾਈਡ ਕਰਵਾਏ ਜਾਣ, ਉਹਨਾਂ ਨੂੰ ਜਿਹੜੀਆਂ ਖੇਡ ਸਟੇਡੀਅਮ ਪ੍ਰੋਵਾਈਡ ਕਰਾਏ ਜਾਣ। ਔਰ ਵਾਕਈ ਮੈਨੂੰ ਵੀ ਲੱਗਿਆ ਕਿ ਲੁਧਿਆਣੇ ਦੇ ਵਿੱਚ ਇੱਕ ਵੱਡੀ ਕ੍ਰਿਕਟ ਅਕੈਡਮੀ ਹੋਣੀ ਚਾਹੀਦੀ ਆ, ਜਿੱਥੇ ਸਾਡੇ ਅਸੀਮ ਕੱਕੜ ਵਰਗੇ ਵੀਰ ਜਾਨਾਂ ਦੀਆਂ ਜਿਹੜੀਆਂ ਟੀਮਾਂ ਨੇ ਉਹ ਜਾ ਕੇ ਉੱਥੇ ਪ੍ਰੈਕਟਿਸ ਕਰ ਸਕਣ ਔਰ ਯੂਥ ਨੂੰ ਵੱਧ ਤੋਂ ਵੱਧ ਸਪੋਰਟਸ ਨਾਲ ਜੋੜ ਸਕਣ। ਸੋ ਮੈਂ ਗੁਜ਼ਾਰਿਸ਼ ਕਰਦੀ ਹਾਂ ਪੰਜਾਬ ਸਰਕਾਰ ਨੂੰ, ਚੰਨੀ ਸਾਹਿਬ ਨੂੰ, ਕਿ ਸਰ ਥੋੜ੍ਹਾ ਜਿਹਾ ਇਹਨਾਂ ਬਾਰੇ ਵੀ ਬਿਆਨ ਦਿਓ ਕਿ ਕ੍ਰਿਕਟ ਅਕੈਡਮੀ ਵੀ ਬਹੁਤ ਜ਼ਰੂਰੀ ਹੈ, ਜਿਸ ਤਰ੍ਹਾਂ ਹਾਕੀ ਜ਼ਰੂਰੀ ਹੈ, ਕਬੱਡੀ ਕੱਪ ਜ਼ਰੂਰੀ ਹੈ, ਕ੍ਰਿਕਟ ਨਾਲ ਜੁੜੇ ਹੋਏ ਪ੍ਰੇਮੀ ਆ ਜਿਹੜੇ ਕ੍ਰਿਕਟ ਦੇ ਜਿਹੜੇ ਖਿਡਾਰੀ ਨੇ ਉਹਨਾਂ ਲਈ ਵੀ ਕੁਝ ਸੋਚੋ। ਸੋ ਮੈਂ ਇਸ ਇਲਾਕੇ ਦਾ, ਇਸ ਪਰਿਵਾਰ ਦਾ, ਕਰਨ ਸ਼ਰਮਾ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਗਿੱਲ ਹਲਕੇ ਦੀ ਜੁਆਇਨਿੰਗ ਕਰਾਈ। ਭਾਅ ਜੀ, ਇੱਕ ਉਂਗਲ ਮੈਂ ਤੁਹਾਡੇ ਵੱਲ ਕੀਤੀ ਹੈ ਅਤੇ 3 ਆਟੋਮੈਟਿਕਲੀ ਮੇਰੇ ਵੱਲ ਨੇ। ਜੇ ਕੋਈ ਕਿਸੇ ਨੂੰ ਕੁਛ ਕਹਿੰਦਾ ਤਾਂ ਪਹਿਲਾਂ ਉਹ ਆਪਣੇ ਗਿਰੇਵਾਨ 'ਚ ਵੀ ਝਾਕ ਲਿਆ ਕਰਨ। ਮੈਂ ਕਦੇ ਕਿਸੇ ਨੂੰ ਇਹ ਨਹੀਂ ਕਹਿੰਦੀ ਕਿ ਕੋਈ ਸ਼ਰਾਬੀ ਆ ਜਾਂ ਕੋਈ ਕਿੱਦਾਂ ਦਾ। ਜਦੋਂ ਤੁਸੀਂ ਅੰਕਣਾ ਤਾਂ ਆਪਣੇ ਕੰਮਾਂ ਨਾਲ ਅੰਕੋ। ਇਨਸਾਨ ਗਲਤੀਆਂ ਦਾ ਪੁਤਲਾ, ਹਰ ਇਨਸਾਨ ਗਲਤੀ ਕਰਦਾ। ਹਰ ਤਰ੍ਹਾਂ ਦੀਆਂ ਇਹਨਾਂ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ, ਤੁਸੀਂ ਵੀ ਵੇਖੀਆਂ ਨੇ, ਸਭ ਨੇ ਵੇਖੀਆਂ ਨੇ। ਇਹ ਆਪੋਜੀਸ਼ਨ ਇੱਕ ਦੂਸਰੇ ਨੂੰ ਕੀ ਉਂਗਲੀ ਕਰਦੀ ਹੁੰਦੀ ਆ, ਹਰ ਉਸ ਲੀਡਰ ਦੀ ਕਮੀ ਫੜ ਕੇ ਉਹਦੇ 'ਤੇ ਉਂਗਲੀ ਕਰਦੀ ਆ। ਕੀ ਗੱਲ, ਕਮੀਆਂ ਕਿਹਦੇ ਵਿੱਚ ਨਹੀਂ ਆ? ਕੈਪਟਨ ਸਾਹਿਬ ਨੇ ਕੀ ਕੀਤਾ ਹੁਣ ਤੱਕ? ਕੀ ਉਹ ਜਵਾਨੀ ਦੇ ਵਿੱਚ ਵਾਲੇ ਜੋਸ਼ ਵਾਲੇ ਜਿਹੜੇ ਕੰਮ ਆ ਉਹ ਬੁਢਾਪੇ 'ਚ ਨਹੀਂ ਕਰਦੇ ਰਹੇ?
कि वह दारू नहीं पीते कि नेता दारू नहीं पीता मैं उस चीज़ का जवाब चाहिए। असी मानते हैं कि पिछली बार असी इलैक्शन तो बाद सोचा सी कि वोटिंग के आधार के उत्ते साडा जिहड़ा सीएम होवे, सो इस बार असी वो गलती नहीं करनी। इस बार साडा सीएम भी अनाउंस होएगा, असी इलैक्शन भी लड़ांगे, डेफिनेटली सरकार भी बनावांगे।